श्री गुरु ग्रंथ साहब की बेअदबियां दी घटनावां रुकण दा नाम नहीं लै रही। अज फिर अजनाला अजनाला तहसील के आगूपुरा पिंड एक व्यक्ति वालों बेअदबी करने की कोशिश की गई। वीडियो सारी जी सीसीटीवी कैमरों च कैद हो जाती है। पहला व्यक्ति आता है तो अद्धा घंटा जिहड़ा दरबार साहब रहिंदा है उत्थे जिहड़े हरमाला साहब और श्री गुरु ग्रंथ साहब जी जी भीड़ थी जी प्रकाश उन्होंने लगे जाने की कोशिश करता है। उसने इसनों इस इल्जाम तहत रिहा कर दिता इकती इकती तरीक न रिहा होकर आया। तो अच्छ फिर 5 तरीक न श्री गुरु ग्रंथ साहब की बेअदबी कर ली। फिर यह अजनाला के पिंड भागूपुरा पहुँचता है। उस तो बाद संगत च भारी रोस वेखन नूं मिलदा है। पुलिस प्रशासन आउंदा है लेकिन संगतां अडिट रहिंदियां। ओह कहिंदियां कि पहलां भी इसनूं गिरफ्तार करवाया गया, कोई इंसाफ नहीं मिलिया। इस करके जिहड़ा खालसा इक नूं तहत कीती जांदी है अगला कि पुलिस प्रशासन वालेयां नूं प्रबंधक करके जिहड़ा उत्ते संगत नूं अपील करदा कि साडे नाल चलो। इंटरोगेट भी करके इस दे पिछे कौन लोक आ उहनां नूं पुछिया जाऊगा वी कौन लोक आ जिहड़े इस दे पिछे आ। पर जिहड़ियां संगतां उह टल रहिंदियां। उस तों बाद जिहड़ी मीटिंग बुलाई जांदी आ उत्ते जिहड़ियां कई जिहड़ियां संपर्कां ਅਤੇ ਸਿੰਘ ਸਾਹਿਬ ਵੀ ਉੱਥੇ ਪਹੁੰਚਦੇ ਆ। ਉਹਨਾਂ ਵੱਲੋਂ ਇਹ ਫੈਸਲਾ ਲਿਆ ਜਾਂਦਾ ਕਿ 5 ਮੈਂਬਰ ਸਾਡੇ ਅਤੇ 5 ਮੈਂਬਰ ਸਾਡੇ ਨਾਲ ਜਾਣਗੇ ਜਿਹੜੇ ਇੰਟੈਰੋਗੇਟ ਵੀ ਕਰਨਗੇ ਅਤੇ ਜਲਦ ਤੋਂ ਜਲਦ ਸਜ਼ਾ ਦਵਾਈ ਜਾਊਗੀ। ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜਾ ਆਸ਼ਵਾਸਨ ਦਿੱਤਾ ਕਿ ਜਲਦ ਤੋਂ ਜਲਦ ਸਜ਼ਾ ਦਵਾ ਕੇ ਜਿਹੜਾ ਇਨਸਾਫ਼ ਕੀਤਾ ਜਾਊਗਾ। ਪਿੱਛੇ ਕਿਹੜੇ ਲੋਕ ਆ ਬੇਅਦਬੀਆਂ ਘਟਨਾਵਾਂ ਕਰਾਉਂਦੇ ਉਹ ਸਾਰੀ ਜਿਹੜੀ ਪੁੱਛ ਪੜਤਾਲ ਕੀਤੀ ਜਾਊਗੀ। ਤੁਹਾਨੂੰ ਦੱਸ ਦਈਏ ਕਿ ਜਦੋਂ 20 ਸੰਗਤਾਂ ਵੱਲੋਂ ਇਸ ਨਾਲ ਇੰਟੈਰੋਗੇਟ ਕਰ ਰਹੀਆਂ ਸਨ ਅਤੇ ਇਹਨਾਂ ਦਾ ਭਾਰੀ ਨਸ਼ਾ ਕੀਤਾ ਹੋਇਆ ਸੀ। ਜਿਸ ਵਿਅਕਤੀ ਵੱਲੋਂ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਹ ਕੁਛ ਵੀ ਬੋਲ ਕੇ ਜਿਹੜਾ ਸੀਗਾ ਨਹੀਂ ਦੱਸ ਰਿਹਾ ਸੀਗਾ। ਹਾਲਾਂਕਿ ਉਸਨੇ ਇੱਕ ਦੋ ਜਿਹੜੇ ਵਿਅਕਤੀਆਂ ਦੇ ਨਾਮ ਜ਼ਰੂਰ ਲਏ, ਉਹ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਵੀ ਇੰਟੈਰੋਗੇਟ 'ਚ ਮੰਨਿਆ ਇਹ ਬਾਬੇ ਦਾ ਨਾਮ ਲਿਆ ਜਿਹੜਾ ਕਿ ਜਨਾਲੇ ਨਾਲ ਸੰਬੰਧਿਤ ਆ। ਵੱਡਾ ਖੁਲਾਸਾ ਵੀ ਕੀਤਾ ਇਸਨੇ ਵੀ ਉਹ ਵਿਅਕਤੀ ਹੈ ਜਿਹੜਾ ਮੈਨੂੰ ਉਹਨੇ ਵਾਅਦੇ ਜਿਹੜੇ ਪੈਸੇ ਦਿੱਤੇ ਆ ਉਸ ਤੋਂ ਬਾਅਦ ਮੈਂ ਜਿਹੜਾ ਇਹ ਕਦਮ ਉਠਾਇਆ। ਇਹ ਵੀਡੀਓ ਤੁਸੀਂ ਐਂਡ ਤੱਕ ਵੇਖੋ। ਇੰਟੈਰੋਗੇਟਿਵ ਵੀ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਵੀ ਇਹ ਬੰਦਾ ਮੰਨਿਆ ਕਿ ਕਿਹੜੇ ਬੰਦੇ ਆ ਜਿਨ੍ਹਾਂ ਵੱਲੋਂ ਇਹ ਭੇਜਿਆ ਗਿਆ। ਹੁਣ ਵੇਖਣ ਦੀ ਗੱਲ ਹੋਵੇਗੀ ਪੁਲਿਸ ਪ੍ਰਸ਼ਾਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਜਿਹੜਾ ਗੰਜਾ ਕਾਸਤਾ ਦੇ ਰਮਾਲੇ ਇਕੱਠੇ ਕਰਦਾ ਪਾਉਂਦਾ ਹੈ ਅਰੈਸਟ ਕਰਦਾ ਜਿਨ੍ਹਾਂ ਲੋਕਾਂ ਦੇ ਨਾਮ ਲੈ ਰਿਹਾ ਸੰਗਤਾਂ ਵੱਲੋਂ ਕਿ ਮਹਾਰਾ ਸਰੂਪ ਹੋਏ ਆਪਣੇ ਤੌਰ ਤੇ ਪੁੱਛ ਪੜਤਾਲ ਕੀਤੀ ਗਈ ਜਿਸ ਵਿੱਚ ਮੰਨਿਆ ਪ੍ਰਕਾਸ਼ ਕਰਕੇ ਤੇ ਉਹਦੇ ਅੰਗ ਖਲਦਾ ਹੈ ਜਿਹੜੇ ਜਿਨ੍ਹਾਂ ਨੇ ਮੈਨੂੰ ਚੌਰ ਸਾਹਿਬ ਲੈ ਕੇ ਬੁੱਕਾ ਸਾਹਿਬ ਲੈ ਕੇ ਰਮਾਲਾ ਸਾਹਿਬ ਲੈ ਕੇ ਤੇ ਬਾਹਰ ਚੱਲ ਜਾਂਦਾ ਹੈ। ਅੱਧੇ ਘੰਟੇ ਦੀ ਵੀਡੀਓ ਮੁਲਾਜ਼ਮ ਵੀਰ ਆਏ ਨੇ ਪਰ ਮਿਲਦੇ ਮੁਲਾਜ਼ਮ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ। ਤੁਸੀਂ ਵੇਖ ਸਕਦੇ ਆ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ। ਉਹ ਸੰਗਤ ਨਾਲ ਗੱਲ ਕਰਦਾ ਕਿ ਸਾਨੂੰ ਇਸ ਵਿਅਕਤੀ ਨੂੰ ਲਿਜਾਣ ਦਿਓ ਤੇ ਤਾਂ ਕਿ ਅਸੀਂ ਜਿਹੜਾ ਉੱਥੇ ਜਾ ਕੇ ਜਿਹੜਾ ਤੁਹਾਡੀ ਇਸ ਸਾਰੀ ਘਟਨਾ ਦੇ ਪਿੱਛੇ ਕਿਹੜੇ ਲੋਕ ਆ ਉਹਨਾਂ ਦੀ ਜਿਹੜੀ ਪੁੱਛ ਪੜਤਾਲ ਕਰ ਸਕੀਏ। ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਆਪ ਖੁਦ ਮੰਨਿਆ ਕਿ ਕਿਹੜੇ ਲੋਕ ਆ ਜਿਹੜੇ ਇਹ ਸਾਰੀ ਘਟਨਾ ਦੇ ਪਿੱਛੇ ਆ। ਤੁਸੀਂ ਵੇਖ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਆ ਜਿਹੜਾ ਉੱਥੇ ਪਹੁੰਚ ਚੁੱਕਿਆ। ਵੱਡੀ ਮਾਤਰਾ 'ਚ ਜਿਹੜੀ ਨਫਰੀ ਤੈਨਾਤ ਆ ਉਹ ਲਿਜਾਣਾ ਚਾਹੁੰਦੇ ਆ ਪਰ ਸੰਗਤਾਂ ਅਟਲ ਆ। ਸੰਗਤਾਂ ਕਹਿੰਦੀਆਂ ਕਿ ਨਹੀਂ। ਸੋ ਵੇਖਦੇ ਆ ਕਦੋਂ ਤੱਕ ਜਿਹੜੀ ਇਹ ਸਾਰੀ ਘਟਨਾ ਇਸ ਦੇ ਉੱਤੇ ਪਰਦਾ ਉੱਠ ਸਕਦਾ। ਬੰਦਾ ਸਾਡੇ ਕੋਲ ਰਹਿਣ ਦਿਓ, ਸਵੇਰੇ ਤੁਸੀਂ ਆ ਜਾਓ। ਬੰਦੇ ਜਿਹੜੇ ਬੰਦਿਆਂ ਦੇ ਜਿਹੜੇ ਜਿਹੜੇ ਤੁਹਾਡੇ ਛੋਟੇ ਅਫਸਰ ਕੋਈ ਵੀ ਆ ਉਹਨਾਂ ਦੀ ਡਿਊਟੀ ਲਾ ਜਾਓ ਕਿ ਇੱਥੇ ਰਹਿਣ। ਇਹ ਸਾਡਾ ਤੁਹਾਡਾ ਧਰਮ ਆ, ਪਾਣੇ ਦੀ ਸਾਡੀ ਸਾਂਝ ਆ। ਜੇ ਬੰਦਾ ਨੂੰ ਅਸੀਂ ਐਂ ਨਹੀਂ ਕਰ ਦਿਆਂਗੇ ਤੇ ਤੁਸੀਂ ਅੱਗੇ ਤੁਸੀਂ ਸਾਫ਼ ਸਾਫ਼ ਕਰੋ। ਹਾਂਜੀ ਇੱਥੇ ਤੁਸੀਂ ਲਿਆ ਕੇ ਸਾਰਾ ਕੁਝ ਕਰਵਾ ਲਓ। ਉਹ ਗੱਲ ਹੋਈ 2-3 ਵਾਰ ਉਹਨਾਂ ਦੀ। ਸਾਡੇ ਬਾਬਾ ਜੀ ਕੋਈ ਨੀ ਸੱਚ ਸੱਚ ਉਹ ਸੁਣਾ। ਇੱਕ ਮਿੰਟ
सच के गुरु नानक पातशाह के चरणा या गुरु नानक गुरु ग्रंथ साहब जी के बाकी बंदे अगे तो रद्दी जी सुट देते बंदा इतने मैं संत विकते वेखे आ इत बंदे मिलते भी वेख देते दूजी गल ਤੁਸੀਂ ਸਾਡੇ ਸਤਿਕਾਰ ਦਿਓਗੇ ਤੁਹਾਡੀ ਨੌਕਰੀ ਦਾ ਮਤਲਬ ਸਾਡੇ ਭੈਣ ਭਰਾ ਬੜੇ ਫੋਰਸਾਂ ਦੇ ਵਿੱਚ ਨੇ ਨੇਵੀ ਚ ਪੁਲਿਸ ਸ਼ਿਵ ਦਾ ਚੋਣ ਮੈਂ ਇੱਕ ਬਚਨ ਤੁਹਾਨੂੰ ਤੁਸੀਂ ਸਾਡੀਆਂ ਭੈਣ ਮੈਂ ਪਹਿਲਾਂ ਆਉਂਦੇ ਗਿਆ ਤੂੰ ਸਾਡੀ ਭੈਣ ਸਾਡੇ ਭਰਾ ਮੈਂ ਤੁਹਾਡਾ ਬੇਟੂ ਮੰਨਣਾ ਹਾਂ ਸਾਰੀ ਗੱਲ ਬਾਕੀ ਇਹਨਾਂ ਬੰਦਿਆਂ ਨੇ ਨੌ ਬੇਅਦਬੀਆਂ ਕਰਦਿਆਂ ਕਰਦਿਆਂ ਇੱਥੋਂ ਤੱਕ ਆ ਗਿਆ ਲੱਭਾ ਕੁਝ ਨਹੀਂ ਆ ਗੌਰਮੈਂਟ ਬੰਦਾ ਲੈ ਜਾਂਦੀ ਆ ਮੁੜ ਕੇ ਬੰਦੇ ਦੇ ਬਾਅਦ ਚ ਉੱਪਰ ਤੇ ਪੱਲਾ ਨਹੀਂ ਕਾਗ ਪੈਂਦਾ परेशान किया नहीं करना चाहते बाकी एक पीर पीर पातशाह जिन्होंने सानू आ ताज बख्शे आ सवास बख्शे आ जे उन्हां वास्ते अहीं एक करा दिते परालियां दे भी हासिल ला लांगे ते कख नहीं हुंदा निरंकारी गुरु ग्रंथ साहब दीआं ते देहधारी गुरु नूं मन्नणा ते महाराज दी बेदबी करनी आ ते संत जरनैल सोने एक मिनट मजन सुन ली भाई ਹੁਣ ਇਹ ਆ ਉਦੋਂ ਦੀਆਂ ਬੇਦਬੀਆਂ ਜੇ ਉਹਦੇ ਕੌਮ ਚ ਗਾ ਗਿਆ ਸੁੱਤੀ ਫਿਰ ਬੇਦਬੀਆਂ ਰੁਕੀਆਂ ਬੇਦਬੀਆਂ ਨੌ ਤੋਂ ਬਹੁਤ ਜ਼ਿਆਦੀਆਂ ਤੇਜ਼ ਕੀਤੀਆਂ ਤੁਸੀਂ ਸਾਡੀ ਫਿਲਮ ਨਹੀਂ ਚੱਲਣ ਦਿੱਤੀ ਅਸੀਂ ਤੁਹਾਡੇ ਮਾਲ ਦੀ ਬੇਦਬੀਆਂ ਸਾਨੂੰ ਇੱਕ ਬਲਾ ਜੰਬੜੀ ਆ ਸੱਚਿਆ ਜੰਬੜਿਆ ਨੂਰਮਈ ਦੀਆਂ ਜੰਬੜੀਆਂ ਕਈ ਬਲਾਵਾਂ ਜੰਬੜੀਆਂ ਇਹ ਬਲਾਵਾਂ ਦੇ ਇਹ ਪਹਿਲੇ ਦਿਨੋਂ ਮਸੰਦ ਜਿਹੜੇ ਆ ਨਾਲ ਹੀ ਤੁਰੇ ਆਏ ਇਹ ਗੁਰੂਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨਾਲ चलान कट के अंदर घल देना ਵਾਹਿਗੁਰੂ ਅਜਨਾਲੇ ਦੇ ਲਾਗੇ ਆ ਅੰਮ੍ਰਿਤਸਰ ਜ਼ਿਲ੍ਹੇ 'ਚ ਤਹਿਸੀਲ ਅਜਨਾਲੇ ਦੇ ਕੋਲ ਆ ਪਿੰਡ ਭੱਗੂਪੁਰ ਹਵੇਲੀ ਆ ਉੱਥੇ ਗੁਰਦੁਆਰਾ ਸਾਹਿਬ ਬੇਦਬੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਬਈ ਇਹਨੇ ਕੀਤੀ ਬੇਦਬੀ ਇਹ ਬਈ ਇਹਨੇ ਬੇਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ अपने कढ लो साडे नाल चल जाओ अहीनू स्टाफ खड़ के टैरो करांगे सामने रहूंगा सात बहन मरीक भाई मरीक सिंह जी ओ आने वाले ही अपने ਜੋ ਇਹ ਆਖਣਗੇ ਉਹਨਾਂ ਦੇ ਫੁੱਲ ਜਿਹੜੇ ਆ ਨਾ ਅਸੀਂ ਚੜਾਉਣੇ।